ਸਤਿ ਸ਼੍ਰੀ ਅਕਾਲ ਦੋਸਤੋ ਸਾਰਿਆਂ ਨੂੰ, ਹੋਰ ਕੀ ਹਾਲ ਚਾਲ ਆ? ਦੁਆ ਕਰਦਾ ਤੁਸੀਂ ਸਭ ਠੀਕ ਹੋਵੇਗੇ। ਮੈਂ ਤੁਹਾਡਾ ਵੀਰ ਬਿੱਟੂ ਨਿਜਾਮ ਪਰ ਸਵਾਗਤ ਕਰਦਾ ਜੀ ਇੱਕ ਹੋਰ ਵੀਡੀਓ ਵਿੱਚ। ਦਰਸ਼ਕੋ, ਅੱਜ ਆਪਾਂ ਖੜ੍ਹੇ ਹਾਂ ਸ਼ਹਿਰ ਸਮਰਾਲਾ, ਡਿਸਟ੍ਰਿਕਟ ਲੁਧਿਆਣਾ, ਗਿੱਲਲੈਂਡ ਕਲੇਅਰ ਫਾਰਮ 'ਤੇ ਵੀਰ ਲੱਖੀ ਉਹਨਾਂ ਕੋਲ। ਇੱਥੇ ਆਪਾਂ ਤੁਹਾਨੂੰ ਟਰੈਕਟਰ ਦਿਖਾਵਾਂਗੇ, ਮੇਰੀ ਬੈਕ ਸਾਈਡ ਤੁਸੀਂ ਦੇਖ ਵੀ ਰਹੇ ਹੋ, ਟਰੈਕਟਰ ਦੀ ਕਿੱਦਾਂ ਦੀ ਕੰਡੀਸ਼ਨ ਆ, ਕਿੰਨਾ ਕੁ ਚੱਲਿਆ ਹੋਇਆ, ਕਿੰਨੇ ਮਾਡਲ ਆ, ਕੀ ਪ੍ਰਾਈਜ਼ ਆ, ਸਾਰਾ ਕੁਛ ਦੱਸਾਂਗੇ। ਅਤੇ ਬਾਈ ਹੁਣੀ ਲੋਨ ਵੀ ਕਰ ਦਿੰਦੇ ਨੇ, ਜੇ ਕਿਸੇ ਬੰਦੇ ਵੀਰ ਨੇ ਲੋਨ ਕਰਾਉਣਾ ਲੋਨ ਦੀ ਸੁਵਿਧਾ ਵੀ ਹੈਗੀ ਆ ਇੱਥੇ, ਅਤੇ ਜੇ ਕਿਸੇ ਨੇ ਵਿੱਚ ਐਕਸਚੇਂਜ ਕਰਾਉਣਾ ਉਹ ਵੀ ਕਰ ਦਿੰਦੇ ਨੇ। ਅਤੇ ਤੁਸੀਂ ਤੁਹਾਨੂੰ ਦਿਖਾਉਂਦੇ ਆ ਟਰੈਕਟਰ, ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ, ਅਤੇ ਚੈਨਲ ਆਪਣੇ ਨੂੰ ਕਰ ਲਿਆ ਕਰੋ ਸਬਸਕ੍ਰਾਈਬ। ਜੇ ਫੇਸਬੁੱਕ 'ਤੇ ਤਾਂ ਆਪਣੇ ਪੇਜ ਬਿੱਟੂ ਨੇ ਆਪਾਂ ਨੂੰ ਫੋਲੋ ਜ਼ਰੂਰ ਕਰਿਓ, ਅਤੇ ਆ ਜਾਓ ਦਿਖਾਉਂਦੇ ਹਾਂ ਤੁਹਾਨੂੰ 1x1 ਟਰੈਕਟਰ। ਸਤਿ ਸ਼੍ਰੀ ਅਕਾਲ ਵੀਰੇ। ਸਤਿ ਸ਼੍ਰੀ ਅਕਾਲ। ਇਹ ਤੋਂ ਕਰਦੇ ਹਾਂ ਆਪਾਂ ਸਟਾਰਟ, ਆਹ ਖੜਾ ਸਟੀਲ ਟਰੈਕ ਫਾਰਮ ਟਰੈਕ ਵਾਲਿਆਂ ਦਾ। ਅੱਛਾ, ਹਾਂ ਬਾਗਬਾਨੀ ਵਾਸਤੇ, ਹਾਂ ਜਿਵੇਂ ਸਬਜ਼ੀਆਂ ਸੁਬਜ਼ੀਆਂ ਬੀਜਦੇ ਕਿ ਨਹੀਂ? ਹਾਂ ਹਾਂ। ਕਿੰਨੇ ਮਾਡਲ ਆ ਵੀਰੇ? ਅੱਛਾ, ਅਤੇ ਕੀ ਪ੍ਰਾਈਜ਼ ਆ ਵੀਰੇ ਦਾ? 1,75,000। ਠੀਕ ਆ ਵੀਰੇ। ਅਤੇ ਉਸ ਤੋਂ ਅੱਗੇ ਆ ਗਿਆ ਸਵਰਾਜ 855, 2016 ਮਾਡਲ। ਠੀਕ ਆ ਵੀਰੇ। ਦਰਸ਼ਕੋ ਇੱਕ ਵਾਰ ਤੁਸੀਂ ਦੇਖ ਲਓ ਇੱਧਰੋਂ ਵੀ, ਵੀਰ ਉਹਨਾਂ ਕੋਲ ਸਾਰੇ ਵਧੀਆ ਸਾਫ ਟਰੈਕਟਰ ਆਉਂਦੇ ਨੇ, ਕੰਡੀਸ਼ਨ ਦੇ ਟਾਇਰਾਂ ਦੀ ਕੰਡੀਸ਼ਨ ਵੀ ਵਧੀਆ। ਉਹ ਦੇਖੋ ਤੁਸੀਂ ਮਗਲੇ ਟਾਇਰ ਵੀ ਵਧੀਆ ਨੇ, ਮੂਹਰਲੇ ਵੀ ਠੀਕ ਨੇ, 50% ਮੂਹਰਲੇ ਨੇ। ਅਤੇ ਇਹਦਾ ਕੀ ਡਿਮਾਂਡ ਆ ਵੀਰੇ ਦੀ? ਅੱਛਾ, 16 ਮਾਡਲ ਆ, 4,90,000 ਦੀ ਡਿਮਾਂਡ ਆ ਇਹਦੀ। ਬਾਕੀ ਦਰਸ਼ਕੋ ਮੌਕੇ 'ਤੇ ਮਾਣ ਤਾਣ ਵੀ ਜ਼ਰੂਰ ਕਰਦਾ, ਕਰਾਂਗੇ ਵੀਰੇ। ਹਾਂ, ਅਤੇ ਉਸ ਤੋਂ ਅੱਗੇ ਆ ਗਿਆ ਮੈਸੀ 243 DI। ਹਾਂਜੀ, ਮਹਾਮਾਨ ਹੈ, ਮਹਾਮਾਨ ਸੈਂਟਰ ਗੇਅਰ ਆ ਵੀਰੇ ਇਹ ਨਾਲੇ। ਅੱਛਾ, ਹਾਂਜੀ ਹਾਂਜੀ, ਦਰਸ਼ਕੋ ਦੇਖ ਲਓ ਤੁਸੀਂ, ਸੈਂਟਰ ਗੇਅਰ ਆ ਇਹ, ਟਾਇਰ ਨਵੇਂ ਨੇ, ਟਾਇਰ ਸਾਰੇ ਟਾਇਰ ਨਵੇਂ ਨੇ ਇਹਦੇ। ਹਾਂ ਹਾਂਜੀ, ਅਤੇ ਕਿੰਨੇ ਮਾਡਲ ਆ ਵੀਰੇ ਇਹ? 12 ਮਾਡਲ ਆ ਵੀਰੇ, 2012 ਮਾਡਲ। ਅਤੇ ਇਹਦਾ ਕੀ ਆਪਾਂ ਮੰਗਦੇ ਹਾਂ? 3.5 ਲੱਖ, 3.25 ਲੱਖ ਰੁਪਏ ਦਾ। ਦੇਖ ਲਓ ਦਰਸ਼ਕੋ, ਬੜਾ ਸਾਫ਼ ਕੰਡੀਸ਼ਨ ਦਾ ਟਰੈਕਟਰ ਆ, ਇੰਜਣ ਗੇਅਰ ਦੇ ਸਾਰੇ ਓਕੇ ਟਰੈਕਟਰ ਹੁੰਦੇ ਨੇ ਵੀਰ ਉਹਨਾਂ ਕੋਲ। ਅਤੇ ਅੱਗੇ ਫਿਰ 243 ਆ ਗਿਆ ਹੈ। ਹਾਂਜੀ ਵੀਰੇ, ਇਹ ਵੀ ਮਹਾਮਾਨ ਆ, ਇਹ ਮਹਾਨ ਸ਼ੋਅ ਵਾਲਾ। ਅੱਛਾ, ਗੇਅਰ ਆ, ਪਾਵਰ ਸਟੀਅਰਿੰਗ ਆ ਵੀਰੇ। ਅੱਛਾ, 2017 ਮਾਡਲ ਆ, 2017 ਮਾਡਲ ਆ, 4 ਟਾਇਰ ਇਹਦੇ ਨਵੇਂ ਨੇ, 4 ਟਾਇਰ ਨਵੇਂ ਨੇ। ਦਰਸ਼ਕੋ ਦੇਖੋ ਕਿੰਨਾ ਸਾਫ਼ ਟਰੈਕਟਰ ਆ, ਦੇਖ ਸਕਦੇ ਹੋ ਤੁਸੀਂ, ਟਰੈਕਟਰ ਇਹ ਸਾਰੇ ਸਾਫ਼ ਰੱਖਦੇ ਨੇ ਵੀਰ ਕੋਲ, ਉੱਚੇ ਮਾਡਲੇ ਹੁੰਦੇ ਨੇ ਜ਼ਿਆਦਾਤਰ। ਅਤੇ ਇਹਦੀ ਕੀ ਡਿਮਾਂਡ ਆ ਵੀਰੇ? ਇਹਦਾ 4,60,000 ਦੀ ਡਿਮਾਂਡ ਆ, ਜਿਹੜਾ ਤੇਰੀ ਵੀਡੀਓ ਦੇਖ ਕੇ ਆਊਗਾ ਉਹਦਾ ਵੱਧ ਤੋਂ ਵੱਧ ਮਾਣ ਹੋਰ ਕੀਤਾ ਜਾਊਗਾ। ਠੀਕ ਆ ਵੀਰੇ, ਦੇਖ ਲਓ ਦਰਸ਼ਕੋ ਤੁਸੀਂ, ਯਾਨੀ ਵੀਰ ਕੋਲ ਸਾਰੇ ਵਧੀਆ ਟਰੈਕਟਰ ਹੁੰਦੇ ਨੇ ਜੇ ਆਪਾਂ ਗੱਲ ਕਰੀਏ। ਅਤੇ ਆਹ ਅੱਗੇ ਆ ਗਿਆ ਨਿਊ ਹਾਲੈਂਡ 56 2022 ਮਾਡਲ, ਇਹ CRD ਹੈ ਵੀਰੇ? ਨਹੀਂ ਵੀਰੇ, ਦੂਜਾ, ਬਿਨਾਂ CRD ਤੋਂ, ਬਿਨਾਂ CRD ਤੋਂ। ਹਾਂਜੀ, ਠੀਕ ਹੈ ਵੀਰੇ। ਹਾਂਜੀ, ਅਤੇ ਦਰਸ਼ਕੋ ਦੇਖ ਲਓ ਟਾਇਰਾਂ ਦੀ ਕੰਡੀਸ਼ਨ ਦੀ ਗੱਲ ਕਰੀਏ ਆਪਾਂ, ਟਾਇਰ ਇਹਦੇ ਵੀ ਸਾਰੇ ਨਵੇਂ ਟਾਇਰ ਨੇ, 90% ਟਾਇਰ ਪਏ ਨੇ। ਸਿਰਫ 500 ਘੰਟੇ ਹੀ ਚੱਲੇ? ਫਿਰ ਤਾਂ ਨਵਾਂ ਹੀ ਪਿਆ ਜਾਵੇ ਕਿ ਨਹੀਂ ਜੇ ਆਪਾਂ ਕਹਿ ਦਈਏ? ਹਾਂਜੀ, ਅਤੇ ਇਹਦੀ ਕੀ ਡਿਮਾਂਡ ਆ ਵੀਰੇ? ਇਹਦੀ ਡਿਮਾਂਡ ਹੈਗੀ 10 ਲੱਖ ਦੀ ਵੀਰੇ, ਪੂਰੇ 10 ਲੱਖ ਦੀ ਡਿਮਾਂਡ ਆ ਇਹਦੀ। ਠੀਕ ਆ ਵੀਰੇ, ਅਤੇ ਦਰਸ਼ਕੋ ਮਿਊਜ਼ਿਕ ਸਿਸਟਮ ਲੱਗਿਆ ਹੋਇਆ ਨਾਲ, ਦਰਸ਼ਕੋ ਉਸ ਤੋਂ ਅੱਗੇ ਖੜ੍ਹਾ ਫਾਰਮ ਟਰੈਕ 60, ਦੇਖੋ ਬਿਲਕੁਲ ਨਵੀਂ ਕੰਡੀਸ਼ਨ ਆ, T20 ਗੇਅਰ ਬੋਕਸ ਦੇ ਨਾਲ। ਕਿੰਨੇ ਮਾਡਲ ਲੱਖੀ ਵੀਰੇ? T20 ਆ। ਹਾਂ, 2018 ਮਾਡਲ ਆ। ਅੱਛਾ, ਦੇਖੋ ਦਰਸ਼ਕੋ ਲੱਗਦਾ ਆਏ ਆ ਜਿਵੇਂ 2022 ਮਾਡਲ ਹੁੰਦਾ, ਨਵਾਂ ਟਰੈਕਟਰ ਆ ਵੀਰੇ। ਹਾਂ, ਬਿਲਕੁਲ ਨਵਾਂ ਟਰੈਕਟਰ ਦਾ ਦਰਸ਼ਕੋ। ਅਤੇ ਜੇ ਟਾਇਰਾਂ ਦੀ ਗੱਲ ਕਰੀਏ ਆਪਾਂ, ਟਾਇਰ ਵੀ ਵਧੀਆ ਪਏ ਨੇ, ਮੂਹਰਲੇ ਟਾਇਰ ਪਏ ਨੇ 60%, ਮਗਲੇ ਨਵੇਂ ਹੀ ਨੇ। ਅਤੇ ਇਹਦਾ ਕੀ ਰੇਟ ਆ ਵੀਰੇ? ਇਹਦਾ ਰੇਟ ਹੈਗਾ ਜੀ 5.5 ਲੱਖ ਦੀ ਡਿਮਾਂਡ ਆ ਵੀਰੇ ਇਹਦੀ। ਠੀਕ ਆ, ਬਾਕੀ ਮੌਕੇ 'ਤੇ ਹੋਊ ਮਾਣ ਤਾਣ ਦਰਸ਼ਕੋ ਤੁਹਾਡਾ। ਹਾਂ ਹਾਂ, ਅਤੇ ਉਸ ਤੋਂ ਅੱਗੇ ਆ ਗਿਆ ਸਵਰਾਜ 969 FE 4x4, ਦੇਖੋ ਦਰਸ਼ਕੋ
ਇਹ ਵੀ ਬਿਲਕੁਲ ਨਵਾਂ ਟਰੈਕਟਰ ਆ ਕਿਨੇ ਪਤਾ ਨਹੀਂ ਸ਼ੌਂਕ ਨਾਲ ਬਹੁਤ ਰੱਖਿਆ ਦੇ ਇੱਕ ਤਾਂ ਮਾਪਰ ਦੇ ਕਿਨੇ ਘੰਟੇ ਲਵਾਇਆ ਸਹੀ ਗੱਲ ਆ ਹਾਂ 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 ਤੇ ਇੱਕ ਬੰਦੇ ਨੇ ਜਿਹੜੇ ਵੀਰੇ ਤੋਂ ਭੱਲੇ ਆ ਅੱਛਾ ਰੇਡੀਅਲ ਟਾਇਰ ਹਾਂ ਇਹ ਵੀ ਪਾਏ ਉਹਨੇ ਸਹੀ ਗੱਲ ਆ ਠੀਕ ਹੈ ਜੀ ਹਾਂ ਮਾਗਾ ਟਾਇਰ ਇਹਨੂੰ ਕੰਪਨੀ ਵੱਲੋਂ 16 ਦੇ ਉਹਨੇ ਉਹ ਵੀਰੇ ਨੇ 17 ਦੇ ਪਾਏ ਹੋਏ ਨੇ 17 ਦੇ ਪਾਏ ਹੋਏ ਆ 17 ਦੇ ਪਾਏ ਹੋਏ ਨੇ ਹਾਂ ਹਾਂ ਫਿਰ ਇਹ ਬਿਨਾ ਸੀਐਡੀ ਤੋਂ ਆ ਅੱਛਾ ਮੈਕੋ ਪਾਪਲਾ ਟਰੈਕਟਰ ਹੈ ਵੀਰੇ ਦੇਖ ਲੋ ਫਿਰ ਇਹ ਤਾਂ ਹੁਣ ਮਿਲਦੇ ਨਹੀਂ ਹੈਗੇ ਕਿ ਨਹੀਂ ਇਹ ਮਿਲਦੇ ਨਹੀਂ ਵੀਰੇ ਹਾਂ ਹਾਂ ਉਹ ਸੀਐਡੀ ਆ ਗਿਆ ਟਾਇਰ ਵੀ ਚਾਰੋ ਨਵੇਂ ਨੇ ਵੀਰੇ ਨਾਲ ਦੇ ਟਾਇਰ ਨੇ 1000 ਘੰਟਾ ਟਰੈਕਟਰ ਚੱਲੇ ਆ ਹਾਂ ਹਾਂ ਜਿਵੇਂ ਫਰੈਸ਼ ਟਰੈਕਟਰ ਆ ਸਹੀ ਗੱਲ ਆ ਦੇਖ ਲੋ ਦਰਸ਼ਕੋ ਤੁਸੀਂ ਹਾਂਜੀ ਮਾਡਲ ਕਿੰਨੇ ਆ ਵੀਰੇ ਮਾਡਲ 2022 ਆ ਵੀਰੇ 2022 ਮਾਡਲ ਤੇ ਇਹਦੀ ਡਿਮਾਂਡ ਕਿੰਨੇ ਦੀ ਆਪਣੀ ਡਿਮਾਂਡ ਹੈਗੀ ਵੀ 10 ਲੱਖ ਦੀ 10 ਲੱਖ ਦੀ ਡਿਮਾਂਡ ਆ ਦਰਸ਼ਕੋ ਜੀ ਦੇਖੋ ਬਿਲਕੁਲ ਸਾਫ਼ ਕਮਿਸ਼ਨ ਦਾ ਟਰੈਕਟਰ ਆ ਇਹ ਯਾਨੀ ਬਹੁਤ ਵਧੀਆ ਟਰੈਕਟਰ ਆ ਇੰਜਨ ਉਂਜਨ ਦੇਖ ਲੋ ਤੁਸੀਂ ਜਾਇਆ ਹੋਈ ਕੁਝ ਨਹੀਂ ਆ 1000 ਘੰਟਾ ਕਿੰਨਾ ਕੁ ਹੁੰਦਾ ਕਿਤੇ ਹਾਂਜੀ ਬਾਈ ਦਾ ਸੌਂਕ ਨਾਲ ਰੱਖਿਆ ਹੋਇਆ ਸੀ ਅਤੇ ਉਸ ਤੋਂ ਅੱਗੇ ਖੜਾ ਮਹਿੰਦਰਾ ਅਰਜਨ 555 2014 ਮਾਡਲ 2014 ਮਾਡਲ ਹਾਂਜੀ ਦੇਖ ਲਓ ਦਰਸ਼ਕੋ ਵੀ ਤੁਸੀਂ ਤੁਹਾਨੂੰ ਦੋਨਾਂ ਸਾਈਡਾਂ ਤੋਂ ਦਿਖਾ ਦਿੰਦੇ ਹਾਂ ਅਤੇ ਮਗਲੇ ਟਾਇਰ ਤਾਂ ਇਹਦੇ ਨਵੀਂ ਆ ਮੂਹਰੇ ਵੀ ਨਵੀਂ ਆ ਇਹ ਵੀ ਹਾਂਜੀ ਵੀਰੇ ਹਾਂ ਚਾਰੋਂ ਟਾਇਰ ਨਵੇਂ ਆ ਇਹਦੇ ਹਾਂਜੀ ਅਤੇ ਇੰਜਨ ਗੇਅਰ ਤਾਂ ਓਕੇ ਆਉਂਦੇ ਆ ਤੇ ਇਹ ਕੀ ਡਿਮਾਂਡ ਆ ਵੀਰੇ ਇਹਦੀ 3,65,000 ਦੀ ਵੀਰੇ 3,65,000 ਦੀ ਡਿਮਾਂਡ ਆ ਦਰਸ਼ਕੋ ਇਹਦੀ ਹਾਂਜੀ ਤੇ ਉਸ ਤੋਂ ਅੱਗੇ ਖੜਾ 3630 ਫੋਰਡ 3630 ਹਾਂਜੀ ਦੇਖੋ ਨੀਲਾ ਟਰੈਕਟਰ ਹਾਂਜੀ 2003 ਮਾਡਲ ਆ ਵੀਰੇ ਠੀਕ ਆ ਵੀਰੇ ਇੰਜਨ ਗੇਅਰ ਦਾ ਪੂਰਾ ਵਧੀਆ ਅੱਛਾ ਹਾਂਜੀ ਇੰਜਨ ਗੇਅਰ ਦਾ ਦਰਸ਼ਕੋ ਸਾਰੇ ਹੀ ਵਧੀਆ ਹੁੰਦੇ ਨੇ ਵੀਰਕੋ ਟਰੈਕਟਰ ਸਾਰੇ ਵਧੀਆ ਵਧੀਆ ਟਰੈਕਟਰ ਆਉਂਦੇ ਇਹਦਾ ਕੀ ਮੰਗਦੇ ਵੀਰੇ ਆਪਾਂ ਇਹਦਾ 2,75,000 2,75,000 ਅਤੇ ਦਰਸ਼ਕੋ ਇਹਦੇ ਟਾਇਰ ਹੈਗੇ ਨੇ ਮਗਰਲੇ 60% ਅਤੇ ਮੂਹਰਲੇ ਵੀ ਮੈਂ ਕਹਿੰਦਾ ਇੰਨੇ ਕੁ ਨੇ ਕਿ ਨਹੀਂ ਹਾਂ ਉੱਪਰੇ ਹੋਣਗੇ ਇੱਦਾਂ ਅਤੇ ਉਸ ਤੋਂ ਅੱਗੇ ਖੜਾ ਨਿਊ ਹਾਲੈਂਡ 7500 ਦੇਖੋ ਦਰਸ਼ਕੋ ਕਿੱਡਾ ਟਰੈਕਟਰ ਆ ਇਹ ਕੈਮਰੇ 'ਚ ਵੀ ਲਿਆਉਣਾ ਔਖਾ ਮਿਊਜ਼ਿਕ ਸਿਸਟਮ ਲੱਗਿਆ ਹੋਇਆ ਨਾਲ ਟਿੰਗਲਿੰਗ ਦੁੱਗ ਦੁੱਗ ਆ ਲਾਂ ਕਿ ਨਹੀਂ ਜਿਵੇਂ ਮਰਜ਼ੀ ਕਰਾਈ ਚੱਲੋ ਜਾਂਦੇ ਘਰ ਨੂੰ ਜਾਂਦੇ ਕਰਾਉਂਦੇ ਹੀ ਆਇਓ ਡੰਗ 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 ਵੇਟ ਲੱਗੇ ਹੋਏ ਨੇ ਕਨੋਪੀ ਲੱਗੀ ਹੋਈ ਹਾਂ ਟਾਇਰ ਨਵੇਂ ਨੇ ਵੀਰੇ ਚਾਰੇ ਸਹੀ ਗੱਲ ਆ ਹਾਂਜੀ ਵੇਟ ਵੀ ਸਾਰੇ ਪੂਰੇ ਲੱਗੇ ਹੋਏ ਨੇ ਹਾਂਜੀ ਤੇ ਇਹ ਵੀਰੇ ਆਪਣਾ ਕਿੰਨੇ ਮਾਡਲ ਆ ਇਹ 2013 ਵੀਰੇ 2013 ਮਾਡਲ ਸਾਫ ਨੱਪਿਆ ਪਾਉਂਦਾ ਵੀਰੇ ਟਰੈਕਟਰ ਇਹ ਲੱਗਦਾ ਨਹੀਂ ਹੈਗਾ ਵੀ 2013 ਮਾਡਲ ਹੋਊਗਾ ਇਹ ਹਾਂਜੀ ਤੇ ਇਹਦਾ ਕੀ ਨਵਾਂ ਆ ਵੀਰੇ ਛਿਆਨਵੇਂ ਮਾਡਲ ਜਿਹੜੇ ਛੋਟੇ ਮੇਰੇ ਵੀਰ ਕਿਸਾਨ ਵਾਲੇ ਨੇ ਉਹਨਾਂ ਲਈ ਇਹ ਬੀਜ ਨੇ ਵਿੱਚ ਕੱਟਿਆ ਹੋਣਾ ਹੈ ਅੱਛਾ ਤੇ ਇਹਦੇ ਟਾਇਰ ਮਗਰਲੇ ਹੈਗੇ ਨੇ 90% ਅਤੇ ਮੂਹਰਲੇ ਹੈਗੇ ਨੇ 65% ਅਤੇ ਇੰਜਣ ਗੇਅਰ ਦਾ ਇਹ ਵੀ ਵਧੀਆ ਟਰੈਕਟਰ ਆ ਦੇਖੋ ਜਦੋਂ ਲੀਕੇਜ ਨਹੀਂ ਹੈਗੀ ਅਤੇ ਇਹਦੀ ਕੀ ਡਿਮਾਂਡ ਆ ਵੀਰੇ ਇਹਦੀ 1.5 ਲੱਖ ਰੁਪਈਆ ਵੀਰੇ ਅੱਛਾ ਹਾਂਜੀ 265 ਦੀ ਹਾਂਜੀ 1.5 ਲੱਖ ਰੁਪਈਆ ਡਿਮਾਂਡ ਆ ਦਰਸ਼ਕੋ ਇਹਦੀ ਅਤੇ ਉਸ ਤੋਂ ਅੱਗੇ ਖੜਾ ਮਹਿੰਦਰਾ ਯੂਓ 4x4 575 4x4 ਦੇਖੋ ਕਿਆ ਘੰਟ ਹੋਰਡੋ ਲੱਗੀ ਆ ਐਪ ਕਿੱਡੀ ਐਲ ਈ ਡੀ ਲਈ ਹੋਈ ਹੈ ਕਿ ਨਹੀਂ ਬਾਈ ਇਹ ਵੀ ਸੌਂਕ ਨਾਲੇ ਰੱਖਿਆ ਲੱਗਦਾ ਅਗਲੇ ਦਾ ਟਰੈਕਟਰ ਅਤੇ ਬਿਲਕੁਲ ਸਾਫ਼ ਟਰੈਕਟਰ ਆ ਦੇਖੋ ਤੁਸੀਂ ਇੰਜਣ ਬੜਾ ਪਿਆਰਾ ਟਰੈਕਟਰ ਆ ਇਹ ਡੀਜ਼ਲ ਖਰਚਾ ਬਹੁਤ ਘੱਟ ਇਹਨਾਂ ਦਾ ਅਤੇ ਇਹ ਕਿੰਨੇ ਮਾਡਲ ਆ ਵੀਰੇ 2021 ਹੋ ਸਮਝੋ ਕਿ ਨਹੀਂ ਦੇਖੋ ਤੁਸੀਂ ਕਿੰਨਾ ਅਤੇ ਇਹਦੀ ਕੀ ਡਿਮਾਂਡ ਆ ਵੀਰੇ ਇਹਦੀ ਡਿਮਾਂਡ ਹੈਗੀ ਹੈ ਵੀਰੇ 6,30,000 6,30,000 ਦੀ ਡਿਮਾਂਡ ਆ ਦਰਸ਼ਕੋ ਇਹਦੀ 575 ਦੀ ਅਤੇ ਉਸ ਤੋਂ ਅੱਗੇ ਹੈ ਇੰਡੋ ਫਾਰਮ 3055 DI ਵੀਰੇ 3055 DI 4 ਸਿਲੰਡਰ ਆਉਂਦਾ ਜੀ 4 ਸਿਲੰਡਰ ਟਰੈਕਟਰ ਆ ਵੀਰੇ ਹੈ ਅਤੇ ਇਹ ਕਿਉਂ ਕਿੰਨੇ HP ਦਾ ਵੀਰੇ ਟਰੈਕਟਰ ਹੈ 60 HP ਹੁੰਦਾ ਵੀਰੇ 60 HP ਦਾ ਟਰੈਕਟਰ ਆ ਅਤੇ ਮਗਲੇ ਟਾਇਰ ਹੈਗੇ ਨੇ ਇਹਦੇ 60% 65% ਮੂਹਰਲੇ ਹੈਗੇ ਨੇ 50% ਅਤੇ ਇੰਜਣ ਦਾ ਇਹ ਵੀ ਬਿਲਕੁਲ ਸਾਫ਼ ਟਰੈਕਟਰ ਆ ਦੇਖ ਲਓ ਤੁਸੀਂ ਤੁਹਾਨੂੰ ਦੋਨਾਂ ਸਾਈਡ ਤੋਂ ਦਿਖਾ ਦਿੰਦੇ ਹਾਂ ਦੇਖੋ
ਇਹਦੇ ਬੰਦੇ ਇੱਕ ਕੋਲੇ ਰੱਖਿਆ ਬੰਦਾ ਕਹਿੰਦਾ ਜਾਨ ਬਹੁਤ ਹੈ ਇਹਨਾਂ ਡਾਕਟਰਾਂ ਦੇ ਵਿੱਚ ਹਾਂ ਅਤੇ ਦੇਖੋ ਤੁਸੀਂ ਅਤੇ ਇਹਦੀ ਕਿੰਨੀ ਡਿਮਾਂਡ ਆ ਵੀਰੇ दर्शको जेड़ा अपने चैनल सबसक्राइब करके आऊगा वीर उन्हें दिखाऊगा 10,000 का डिस्काउंट मिलू उन्हें अब वीडियो शेयर करके आऊगा बाकी मौके दे और भी मान करांगे अच्छा हाँ जी हाँ जी बात तो बात मान करांगे ठीक है देख लो इन्ना बंदा करते नहीं है अपनी वीडियो से करते हैं वीर